ਪੁਰਾਣੇ ਦਿਨਾਂ ਦੇ ਵਿੱਚ ਬੜੀ ਮੁਸ਼ਕਿਲ ਦੇ ਨਾਲ ਉਹ 92 ਦਾ ਦੌਰ, 85, 86, 84 ਦਾ ਦੌਰ ਪੰਜਾਬ ਦੇ ਲੋਕਾਂ ਨੇ ਵੇਖਿਆ ਹੈ, ਔਰ ਕਾਂਗਰਸ ਪਾਰਟੀ ਨੇ ਬੜੀ ਮੁਸ਼ਕਿਲ ਨਾਲ ਜਾਨ ਤਲੀ 'ਤੇ ਰੱਖ ਕੇ ਸ਼ਹਾਦਤਾਂ ਦੇ ਕੇ ਬੇਅੰਤ ਸਿੰਘ ਸਾਹਿਬ ਹੋਰਾਂ ਨੇ ਇਸ ਪੰਜਾਬ ਨੂੰ ਦੁਬਾਰੇ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਆਏ ਅਤੇ ਇਹਦੇ ਵਿੱਚ ਖੁਸ਼ਹਾਲੀ ਬਹਾਲ ਕੀਤੀ। ਲੇਕਿਨ ਉਹ ਕੰਮ ਦੁਬਾਰੇ ਸ਼ੁਰੂਆਤ ਹੋ ਗਈ ਹੈ। ਦੋਵਾਂ ਸਰਕਾਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ, ਹੁਣ ਬਹੁਤ ਹੋ ਗਿਆ ਹਾਸਾ ਮਜ਼ਾਕ, ਬਹੁਤ ਸਾਰੀਆਂ ਇੱਧਰਲੇ ਤਾਨੇ ਇਹਨੂੰ ਮਾਰਤੇ ਕੇਵਲ ਗੱਲਾਂ, ਕਿਰਪਾ ਕਰਕੇ ਅੱਜ ਪੰਜਾਬ ਨੂੰ ਦੋਨਾਂ ਸਰਕਾਰਾਂ ਦੀ ਲੋੜ ਹੈ, ਪੰਜਾਬ ਵੱਲ ਤਵੱਜੋ ਦਿਓ। ਪੰਜਾਬ ਦਾ ਹਰ ਵਪਾਰੀ, ਹਰ ਇਨਸਾਨ ਅੱਜ ਡਰਿਆ ਵਿਆ ਹੈ, ਔਰ ਕਿਤੇ ਨਾ ਕਿਤੇ ਉਰੇ ਬੈਕ ਆਫ ਦੀ ਮਾਇੰਡ ਮਗਰਲੇ ਪਾਸੇ ਦਿਮਾਗ ਦੇ ਉਰੇ ਚੱਲਦਾ ਰਹਿੰਦਾ ਕਿ ਪਤਾ ਨਹੀਂ ਮੈਂ ਅੱਜ ਸੁਰੱਖਿਅਤ ਘਰ ਵਾਪਸ ਜਾਵਾਂਗਾ ਕਿ ਨਹੀਂ ਜਾਵਾਂਗਾ। ਇੱਕ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਜੀ, ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਨੇ, ਅਤੇ ਉਹ ਕਹਿ ਰਹੇ ਨੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਕੁਛ ਅਧਿਕਾਰੀਆਂ ਨੂੰ ਉਹਨਾਂ ਨੇ ਜ਼ਬਰਦਸਤੀ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਕੀਤਾ, ਅਤੇ ਉਹਨਾਂ ਨੇ ਅੱਗ ਵੀ ਲਾਈ ਪਰਾਲੀ ਨੂੰ ਅਧਿਕਾਰੀਆਂ ਨੇ, ਅਤੇ ਹੁਣ ਉਹ ਕਹਿੰਦੇ ਪਰਚਾ ਦਰਜ ਹੋਣਾ ਚਾਹੀਦਾ ਕਿਸਾਨਾਂ 'ਤੇ, ਪਰਚੇ ਦੀ ਗੱਲ ਹੋ ਰਹੀ ਕਿਸਾਨਾਂ ਦੀ। ਦੇਖੋ ਜੀ, ਗੱਲ ਇਹ ਹੈ ਵੀ ਕੋਈ ਵੀ ਮੈਨੂੰ ਇਸ ਗੱਲ ਨਾ ਕਹਿਣਗੇ ਕਿ ਇਹ ਮੁੱਖ ਮੰਤਰੀ ਦੇ ਗੱਲ 'ਚ ਹਾਮੀ ਭਰਤੀ ਹੈ, ਪਰ ਕਿਸੇ ਵੀ ਕਿਸਾਨ ਯੂਨੀਅਨ ਦੇ ਆਗੂ ਨੂੰ ਇਹ ਮੈਨੂੰ ਲੱਗਦਾ ਇਜਾਜ਼ਤ ਨਹੀਂ ਦੇਣੀ ਚਾਹੀਦੀ, ਔਰ ਇਹ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਅੱਗ ਲਾ ਰਹੇ ਹੋ, ਸਦੀਆਂ ਤੋਂ ਅੱਗ ਲਾ ਰਹੇ ਹੋ, ਸਰਕਾਰ ਤੁਹਾਨੂੰ ਕਹਿੰਦੀ ਅੱਗ ਨਾ ਲਾਓ, ਕਿਉਂਕਿ ਜਿਹੜਾ ਪੋਲਿਊਸ਼ਨ ਦੇ ਨਾਲ ਬਹੁਤ ਸਾਰੇ ਐਸੇ ਲੋਕ ਹੈ ਜਿਹਨਾਂ ਨੂੰ ਸਾਹ ਨਹੀਂ ਆਉਂਦਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਹੋ ਜਿਹਾ ਵਾਤਾਵਰਨ ਹੋਏਗਾ ਪੰਜਾਬ ਦਾ, ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਏਗਾ। ਪਰ ਇਹਦੇ ਨਾਲ ਨਾਲ ਕਿਸਾਨ ਦੀ ਇੱਕ ਗੱਲ ਹੈ ਵੀ ਕਿਸਾਨ ਦਾ ਇਹ ਮਸਲਾ ਨਹੀਂ ਹੱਲ ਹੋਇਆ। 2500 ਰੁਪਇਆ ਸਰਕਾਰ ਨੇ ਕਿਹਾ ਸੀ ਕਿ ਅਸੀਂ ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ, ਤੁਸੀਂ ਪਰਾਲੀ ਨੂੰ ਅੱਗ ਨਾ ਲਾਓ, ਉਹ ਗੱਲਾਂ ਹੀ ਰਹਿ ਗਈਆਂ। ਕਹਿੰਦੇ ਸੀ 1000 ਰੁਪਇਆ ਅਸੀਂ ਦੇਵਾਂਗੇ, 1500 ਤੁਸੀਂ ਦਿਓ, ਉਹ 1000 ਰੁਪਇਆ ਵੀ ਨਹੀਂ ਕਿਸੇ ਨੇ ਦਿੱਤਾ। ਅਲਟੀਮੇਟਲੀ ਕਿਸਾਨ ਅੱਗ ਕਿਉਂ ਲਾਉਂਦਾ ਹੈ? ਕਿਸਾਨ ਇਸ ਕਰਕੇ ਅੱਗ ਲਾਉਂਦਾ ਹੈ ਕਿਉਂਕਿ ਉਹਦਾ ਤੇਲ ਦਾ ਖਰਚਾ ਉਸ ਪਰਾਲੀ ਨੂੰ ਵਿੱਚ ਵਾਹੁਣ ਵੇਲੇ ਜ਼ਿਆਦਾ ਲੱਗਦਾ, 3-4 ਵਾਰੀ ਉਹ ਵਾਹੁਣੀ ਪੈਂਦੀ ਹੈ, ਉਹਦਾ ਤੇਲ ਲੱਗਦਾ। ਉਹਨੂੰ ਲੱਗਦਾ ਕਿ ਮੇਰਾ ਇੰਨਾ 3000 ਦਾ ਤੇਲ ਲੱਗੇਗਾ, ਇਸ ਤੋਂ ਬਿਹਤਰ ਹੈ ਮੈਂ ਅੱਗ ਲਾ ਦਿਆਂ, ਕਿਉਂਕਿ ਉਹਨੂੰ ਤਾਂ ਅੱਜ ਤੁਰੰਤ ਸੋਚ ਰਿਹਾ ਨਾ ਵਾਤਾਵਰਨ ਦੂਸ਼ਿਤ ਹੋ ਰਿਹਾ, ਇਸ 'ਚ ਕੋਈ ਦੋ ਰਾਏ ਨਹੀਂ। ਨਾ ਨਾ, ਇਸ 'ਚ ਕੋਈ ਦੋ ਰਾਏ ਨਹੀਂ, ਇਸ 'ਚ ਕੋਈ ਦੋ ਰਾਏ ਨਹੀਂ, ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਕੰਡੇ ਬੀਜ ਰਹੇ ਹਾਂ, ਲੇਕਿਨ ਸਰਕਾਰ ਨੇ ਕੁਝ ਉਹਦੇ ਵਾਸਤੇ ਕੀਤਾ ਨਹੀਂ ਹੈ। ਪਰ ਨਾਲ ਹੀ ਨਾਲ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ, ਤੁਸੀਂ ਕੁਝ ਨਾ ਕੁਝ ਕਹੋ, ਕੇਵਲ ਅਖਬਾਰੀ ਇਸ਼ਤਿਹਾਰ ਨਾ ਦਿਓ। ਆਪ ਹੀ ਮਾਨ ਸਾਹਿਬ ਕਹਿੰਦੇ ਹੁੰਦੇ ਹੈ ਵੀ ਬੱਸ 'ਤੇ ਲਿਖਾ ਹੋਤਾ ਹੈ ਬੀੜੀ ਪੀਣੇ ਸੇ ਆਪਕੀ ਸਿਹਤ ਕੋ ਆਪਕੇ ਗੁਰਦੇ ਖਰਾਬ ਹੋ ਸਕਤੇ ਹੈ ਜਾਂ ਲੰਗਸ ਖਰਾਬ ਹੋ ਸਕਤੇ ਹੈ। ਇਹਦੇ ਨਾਲ ਨਹੀਂ ਪ੍ਰੇਰਿਤ ਹੋਣਾ, ਪ੍ਰੇਰਿਤ ਕੁਝ ਕਰਨਾ ਪੈਣਾ, ਕਿਸਾਨਾਂ ਨੂੰ ਕੁਝ ਦੇਣ। ਪਰ ਨਾਲ ਹੀ ਨਾਲ ਮੇਰੀ ਇਹ ਵੀ ਬੇਨਤੀ ਹੈ ਵੀ ਕਿਸਾਨ ਵੀ ਥੋੜ੍ਹਾ ਧਿਆਨ ਰੱਖਣ, ਆਹ ਜਮਾਂ ਗਲਤ ਗੱਲ ਹੈ ਵੀ ਤੁਸੀਂ ਸਰਕਾਰੀ ਕਰਮਚਾਰੀ ਨੂੰ ਕਹੋ ਵੀ ਲਿਆ ਹੋਏ ਅਗਲਾ, ਇਹ ਤਾਂ ਬਿਲਕੁਲ ਗੁੰਡਾਗਰਦੀ ਹੋਈ। ਕਿਸੇ ਵੀ ਵਿਅਕਤੀ ਨੂੰ, ਚਾਹੇ ਉਹ ਰਾਜਾ ਵੜਿੰਗਾ, ਚਾਹੇ ਉਹ ਕਿਸਾਨ ਹੈ ਅਤੇ ਚਾਹੇ ਕੋਈ ਸਰਕਾਰ ਦਾ ਵਿਅਕਤੀ ਹੈ, ਕਿਉਂ ਨਾ ਕੋਈ ਮੁਲਾਜ਼ਮ ਕਿਉਂ ਨਾ ਹੋਵੇ, ਨਾ ਹੀ ਤਾਂ ਮੁਲਾਜ਼ਮ ਨੂੰ ਵੀ ਕਾਨੂੰਨ ਆਪਦੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਅੱਗ ਲਾਉਣ ਉਹ ਬੁਝਾਉਣ ਵਾਸਤੇ ਜਾਂ ਕਹਿਣ ਵਾਸਤੇ ਆਏ ਸੀ ਵੀ ਨਾ ਲਾਓ, ਇਹ ਕਹਿਣ ਨਹੀਂ ਲਾਉਂਦੇ ਪਰ ਲਾਈ ਜਾ ਰਹੇ। ਕਿਸੇ ਨੇ